टाइम नहीं दौरे आया मूसे आले जट दा गल्लां सब सच वीरे जो जो तू कीतियां तू तां बस कीतियां ने मेरे दा हाथ फड़ लिया ना ये नहीं देखदा सी वी तेरे किन्ने फॉलोअर आ तेरे किन्ने गल्लां सब सच वीरे जो जो तू कीतियां तू तां बस कीतियां ने मेरे नाल बीतियां वेलकम बैक टू दी चैनल वेलकम बैक टू दी चैनल यस वेलकम बैक टू दी चैनल वेलकम वेलकम बैक टू दी चैनल स्वागत है ਤੁਹਾਡਾ ਆਪਣੇ ਚੈਨਲ ਦੇ ਵਿੱਚ ਜਿਹੜਾ ਫੇਵਰਟ ਚੈਨਲ ਤੁਹਾਡਾ ਰਿਐਕਟ ਹੱਬ ਮੈਂ ਤੁਹਾਡਾ ਆਪਣਾ ਅਮਨਦੀਪ ਮੈਂ ਤੁਹਾਡਾ ਆਪਣਾ ਜਸਮੀਤ ਹੋਪ ਕਿ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਰਿਐਕਸ਼ਨ ਇੰਜਾਇ ਕਰਦੇ ਹੋਵੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਮੈਂਟ ਕਰਿਓ ਵੀ ਵਾਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਤੇ ਟਵਿੱਟਰ ਤੇ ਅਕਾਊਂਟ ਜਰੂਰ ਬਣਾਇਓ ਤੇ ਵੱਧ ਤੋਂ ਵੱਧ ਹੈਸ਼ਟੈਗ ਯੂਜ਼ ਕਰੋ ਠੀਕ ਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਰਿਕੁਐਸਟ ਹੈ ਇਸ ਚੀਜ਼ ਦੀ ਜੇ ਅਕਾਊਂਟ ਬਣਿਆ ਹੋਇਆ ਤਾਂ ਡੇਲੀ ਦੇ ਵਿੱਚ 8-10 ਹੈਸ਼ਟੈਗ ਯੂਜ਼ ਕਰਿਆ ਕਰੋ ਠੀਕ ਆ ਤੇ ਵੱਧ ਤੋਂ ਵੱਧ ਨਾਲ ਦੇ ਭੈਣ ਭਰਾਵਾਂ ਨੂੰ ਵੀ ਕਹੋ ਕਿ ਅਕਾਊਂਟ ਬਣਾਓ ਤੇ ਹੈਸ਼ਟੈਗ ਯੂਜ਼ ਕਰੋ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੇ ਜਸਟਿਸ ਦੇ ਆਪਾਂ ਨੇੜੇ ਪਹੁੰਚਾਂਗੇ ਇਸ ਚੀਜ਼ ਨਾਲ ਤੇ ਬਾਈ ਦੇ ਇਨਸਾਫ ਵਿੱਚ ਤੁਹਾਡਾ ਵੀ ਯੋਗਦਾਨ ਹੋਊਗਾ ਫੈਮਿਲੀ ਦਾ ਸਾਥ ਦਿਓ ਠੀਕ ਆ ਹੱਥ ਜੋੜ ਕੇ ਬੇਨਤੀ ਆ ਸੋ ਅੱਜ ਦਾ ਗਾਣਾ ਬਹੁ ਪਹਿਲੀ ਲਾਈਨ ਤੋਂ ਪਤਾ ਲੱਗ ਹੀ ਗਿਆ ਨਾ ਅੱਜ ਦਾ ਗਾਣਾ ਗੇਮ ਜੋ ਕਿ ਗਾਇਆ ਸ਼ੂਟਰ ਸਿੰਗਰ ਲਿਰਿਕਸ ਕਨਸੈਪਟ ਸ਼ੂਟਰ ਕਾਲੋ ਐਂਡ ਸਿੱਧੂ ਮੂਸੇਵਾਲਾ ਲੈਜੈਂਡ ਕੰਪੋਜ਼ ਕੀਤਾ ਗਾਣਾ ਸ਼ੂਟਰ ਕਾਲੋ ਬਾਈ ਨੇ ਡਾਇਰੈਕਟਡ ਬਾਈ ਹਨੀ ਐਂਡ ਪੁਲਕੇ ਪੀਕੇ ਕੈਂਡ ਵੀਡੀਓ ਬਣਾਉਂਦੇ ਆ ਤੇ 뮤직 ਐਂਡ ਮਿਕਸ ਮਾਸਟਰ ਵਿਪਲ ਕਪੂਰ आया हुआ गाना ऑफिशियल यूट्यूब चैनल नाट 11 रेकॉर्ड्स ऑफिशियल यूट्यूब चैनल जाके जरूर चेक करो गाना सुनो प्यार दो बाकी बातें हैं वीडियो वाले स्टे टेंटी शुरू लेट्स सी नाट 11 रेकॉर्ड्स हनी एंड पुलकित फिल्म हनी एंड पीके फिल्म गेम फीचरिंग सिद्धू मूसेवाला कच्चे पैर जट डिग जाऊगा जिद्दे आया सामने ता चंगी तरह आऊंगा ओडे भाने सुपना सजा नहीं हो सकदे कदे सिद्धा ए संकेत मेरा रिश्तेदारा नू माड़ा देख मेनू छड चुकी आयो नारा नू ਕਹਿੰਦਾ ਤੁਹਾਡੇ ਭਾਨ ਗਰੀਬ ਮੂਹਰੇ ਆ ਨਹੀਂ ਹੋ ਸਕਦੇ ਤੁਹਾਡੇ ਭਾ ਦਾ ਜੱਟ ਡਿੱਗ ਜਾਊਗਾ ਜਿੱਦੇ ਸਾਹਮਣੇ ਤਾਂ ਚੰਗੀ ਤਰ੍ਹਾਂ ਜਾਊਗਾ ਮੈਂ ਅਗਲੀ ਲਾਈਨ ਬੋਲਤੀ ਹਾਂ ਤੁਹਾਡੇ ਭਾ ਦੇ ਗਰੀਬ ਆ ਲਾਈਨ ਇੱਥੇ ਆ ਇੱਥੇ ਆ ਵੀ ਗਰੀਬ ਮੂਹਰੇ ਆ ਨਹੀਂ ਹੋ ਸਕਦੇ ਲੱਗਦਾ ਏ ਤੁਹਾਨੂੰ ਅਸੀਂ ਸਾਈਕਲਾਂ ਤੇ ਗਿੱਜ ਗਏ ਕਹਿੰਦਾ ਮਤਲਬ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਵੀ ਤੁਹਾਨੂੰ ਪਤਾ ਹੀ ਹੈ ਚੱਲਦੇ ਰਹਿੰਦੇ ਆ ਗੱਲਾਂ ਬਾਤਾਂ ਜੇ ਥੋੜਾ ਕੋਈ ਸਕੇਲ ਕਿਸੇ ਦਾ ਹਾਈ ਆ ਕਿਸੇ ਦਾ ਲੋ ਆ ਕਿਸੇ ਦਾ ਮਿਡਲ ਉਹ ਟੀਚਰਬਾਜੀ ਚੱਲਦੀ ਰਹਿੰਦੀ ਉਹਦੀ ਗੱਲ ਕਰਦੇ ਆ ਕਿ ਰਿਸ਼ਤੇਦਾਰਾਂ ਨੂੰ ਮੇਰੀ ਸਿੱਧੀ ਗੱਲ ਆ ਇਹ ਕਿ ਕੋਈ ਚੱਕਰ ਨਹੀਂ ਜੇ ਤੁਹਾਡਾ ਟਾਈਮ ਆ ਚੰਗਾ ਵਾ ਤਾਂ ਕੋਈ ਚੱਕਰ ਨਹੀਂ ਆਪਣਾ ਵੀ ਆਊਗਾ ਤੇ ਦੂਜੀ ਗੱਲ ਜਿਹੜੀਆਂ ਕੁੜੀਆਂ ਛੱਡ ਗਈਆਂ ਨੇ ਕਹਿ ਕੇ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਕੁੜੀ ਹਾਂ ਉਹਦੇ ਪਾਰਟਨਰ ਉਹਦਾ ਛੱਡ ਗਿਆ ਉਹਨੂੰ ਕਿ ਇਸ ਗੱਲੋਂ ਕਿ ਤੇਰੇ ਕੋਲ ਸਾਈਕਲ ਹੈਗਾ ਵਾ ਤੇਰੇ ਕੋਲ ਹੈ ਕੀ ਹੈ ਨਾ ਘਰ ਪਰਿਵਾਰ ਕੀ ਤੂੰ ਮੈਨੂੰ ਕਿੱਥੇ ਰੱਖੇਗਾ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਫਿਰ ਸੋ ਮੈਂ ਟੌਕਸ ਯੈਸ ਪਹਿਲਾਂ ਹੀ ਗੱਲਾਂ ਹੁੰਦੀਆਂ ਹੁੰਦੀਆਂ ਵਾ ਕਿ ਮੈਂ ਇਹ ਕੱਪੜਾ ਮਕਾਨ ਰੋਟੀ ਮੈਂ ਰਹਿ ਲੂੰਗਾ ਵੀ ਯਾਰ ਇਹ ਕੋਈ ਵੀ ਆਈ ਉਮਰ ਨੇਚਰ ਆ ਬਾਈ ਚਾਹੇ ਮੁੰਡਾ ਚਾਹੇ ਕੁੜੀ ਠੀਕ ਆ ਪਰ ਇਹ ਫਿਲਮੀ ਗੱਲਾਂ ਹੁੰਦੀਆਂ ਹਰ ਇੱਕ ਦੀ ਬੰਦੇ ਦੀ ਨੀਡ ਹੁੰਦੀ ਮਤਲਬ ਨੀਡ ਕਹਿ ਲਈਏ ਜਾਂ ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਮੇਰੇ ਪਾਰਟਨਰ ਦੇ ਵਿੱਚ ਆਹ ਕੁਆਲਿਟੀ ਹੋਵੇ ਠੀਕ ਆ ਆਹ ਚੀਜ਼ ਉਹਦੇ ਕੋਲ ਹੋਵੇ ਹਰ ਇੱਕ ਦੀ ਹੁੰਦੀ ਆ ਇਹ ਗਲਤ ਨਹੀਂ ਜ਼ਰੂਰੀ ਅੱਜ ਕੱਲ੍ਹ ਫੈਕਟ ਆ ਬਾਈ ਜੇ ਆਪਾਂ ਕਹਿੰਦੇ ਆ ਕਿ ਪੈਸਾ ਨਹੀਂ ਮੈਟਰ ਕਰਦਾ ਪੈਸਾ ਹਰ ਇੱਕ ਰਿਲੇਸ਼ਨ ਦੇ ਵਿੱਚ ਮੈਟਰ ਕਰਦਾ ਠੀਕ ਆ ਫਾਦਰ ਮਦਰ ਠੀਕ ਆ ਮਾਂ ਪਿਓ ਠੀਕ ਆ ਜਿੱਦਾਂ ਵੀ ਹਰ ਇੱਕ ਰਿਲੇਸ਼ਨ ਦੇ ਵਿੱਚ ਆ ਕੋਈ ਭਰਾ ਵਾ ਭੈਣ ਆ ਘਰ ਵਾਲੀ ਆ ਠੀਕ ਆ ਕੋਈ ਵੀ ਮੁੰਡਾ ਬ੍ਰਦਰ ਆ ਠੀਕ ਆ ਤੁਹਾਡਾ ਕੋਈ ਵੀ ਯਾਰ ਮਨੀ ਇਜ਼ ਮਸਟ ਟਾਈਮ ਇਜ਼ ਮਨੀ ਮਨੀ ਇਜ਼ ਮਸਟ ਬੇਬੀ ਜਿਹੜੇ ਕਦੇ ਗੱਡੀਆਂ ਚਲਾ ਨਹੀਂ ਹੋ ਸਕਦੇ ਡੈਡੀ ਵਿੱਚ ਨਾ ਦਗੇ ਬਾਜਾ ਦੇ ਨੇ ਚੇਪਣੇ ਖੜ ਕੇ ਸਟੇਜੇ ਮੈਂ ਵੀ ਸਭ ਦੇ ਲਪੇਟਣੇ ਜੇ ਛਾਤੀ ਦੂ ਹਿੰਮਤ ਥੋੜੀ ਉਸ ਟਾਈਮ ਤੇ ਵੀਰੇ ਕਰਕੇ ਹਿੰਮਤ ਹੱਸਿਓ ਨਜ਼ਰ ਰੱਖਿਓ ਹੋ ਨਜ਼ਰ ਰੱਖਿਓ ਹੋ ਹੋ ਹੁਣ ਮੇਰੇ ਤੇ ਨਜ਼ਰ ਰੱਖਿਓ ਨਜ਼ਰ ਰੱਖਿਓ ਹੋ ਨਜ਼ਰ ਰੱਖਿਓ ਹੋ ਹੋ ਹੁਣ ਮੇਰੇ ਤੇ ਨਜ਼ਰ ਰੱਖਿਓ ਹੋ ਹੋ ਜਾਣਦਾ ਸੀ ਤੁਹਾਨੂੰ ਤੁਸੀਂ ਆਪਣੇ ਮੂੰਹੋਂ ਦੱਸਿਓ ਨਜ਼ਰ ਰੱਖਿਓ ਕਹਿੰਦਾ ਡੈਰੀ ਵਿੱਚ ਨਾ ਦਗੇ ਬਾਜਾਂ ਦੇ ਆ ਚੇਪਣੇ ਮਤਲਬ ਜਿਹੜੇ ਜਿਹੜੇ ਬੰਦੇ ਆ ਨਾ ਉਹ ਕਹਿੰਦਾ ਮਤਲਬ ਇਹ ਆ ਡੈਰੀ ਵਿੱਚ ਤਾਂ ਲਿਖੂੰਗਾ ਹੀ ਲਿਖੂੰਗਾ ਮਾਈਂਡ 'ਚ ਵੀ ਨੋਟ ਹੋਈ ਜਾ ਰਿਹਾ
ਕਿਹੜਾ ਕਿੱਥੇ ਕਿਹੜੇ ਟਾਈਮ ਕਦੋਂ ਆ ਛੱਡ ਕੇ ਗਿਆ, ਕਿਹਨੇ ਕਿਹੜੀ ਚੀਜ਼ ਤੇ ਮੇਰਾ ਮਜ਼ਾਕ ਉਡਾਇਆ, ਠੀਕ ਹਰ ਇੱਕ ਚੀਜ਼ ਨੋਟ ਡਾਊਨ ਹੋ ਰਹੀ ਆ, ਠੀਕ ਹੈ। ਤੇ ਸਟੇਜ ਤੇ ਖੜ ਕੇ ਜਦੋਂ ਮੈਂ ਸਭ ਲਪੇਟਣੇ ਆ ਨਾ, ਜਦੋਂ ਲਾਈਵ ਕੰਸਰਟ ਦੇ ਉੱਤੇ ਸਭ ਦੀ ਰੇਲ ਬਣੂਗਾ, ਉਹ ਜੇ ਛਾਤੀ ਤੁਹਾਡੀ ਹਿੰਮਤ ਦਊਗੀ ਫਿਰ ਹੱਸਿਓ, ਕਹਿੰਦਾ ਇਹ ਗੱਲਾਂ ਦੇ ਉੱਤੇ। ਹੁਣ ਤਾਂ ਹੱਸਣਾ ਤੁਹਾਨੂੰ ਈਜ਼ੀ ਲੱਗਦਾ ਨਾ ਕਿ ਸਵਾਦ ਆ ਰਿਹਾ ਵਾ ਸਾਈਕਲ ਤੇ, ਹਾ 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 ਜਾਂ ਤੇਰੇ ਕੋਲ ਕੀ ਆ ਜੇ ਵੋ। ਅਸੀਂ ਯਾਰ ਏਦਾਂ ਦੇ ਬੰਦੇ ਵੀ ਜੀ, ਚਲੋ ਛੱਡੋ ਇਹ ਚੀਜ਼ਾਂ ਨੇ ਬਖੂਬ ਦਿੱਤਾ ਆਪਣੇ ਕੰਮ ਨਾਲ। ਹਾਂ ਵਾਕਈ 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 ਹੈਟਸ ਆਫ ਆ। ਕਹਿੰਦਾ ਜਾਣਦਾ ਸੀ, ਤੁਸੀਂ ਆਪਣੇ ਹੀ ਮੂੰਹੋਂ ਦੱਸਿਓ ਫਿਰ ਕਿ ਸਾਨੂੰ ਜਾਣਦਾ ਸੀ ਨਾ, ਸਾਡੇ ਪਿੰਡ ਦਾ ਸਾਡੇ ਸ਼ਹਿਰ ਦਾ ਉਹ ਗੱਲਬਾਤ ਵੀ ਪਹਿਲਾਂ ਟੀਚਰਾਂ ਕਰਦੇ ਸੀ, ਫਿਰ ਬਾਅਦ ਚ ਕਹਿੰਦਾ ਆਪਣਾ ਭਰਾ ਵਾ ਯਾਰ, ਉਹ ਘੈਂਟ ਗੱਲਬਾਤ ਉਹਦੀ। ਇਹ ਫੈਕਟ ਆ, ਸੀਰੀਅਸ ਰਿਐਲਿਟੀ ਬਈ ਰਿਐਲਿਟੀ। ਵੈਸੇ ਹੁਣੇ ਦਿਮਾਗ 'ਚ ਆਈ ਗੱਲ, ਗਾਣਾ ਤਾਂ ਆਪਾਂ ਇਹ ਕਰਨ ਲੱਗੇ ਹਾਂ, ਕਰ ਹੀ ਰਹੇ ਹਾਂ, ਬਟ ਇਹ ਬੰਦਾ ਵੀ ਨਹੀਂ ਦੇਖਿਆ ਆਪਾਂ ਕਿਤੇ ਸੀਰੀਅਸਲੀ। ਹਾਂ ਪਰ ਸੱਚ, ਪਰ ਇਹਦੀ ਆਪਣੇ ਅਕੋਰਡਿੰਗ ਇਮੇਜਿਕ ਲੱਗ ਸੀ ਨਾ ਕਿ ਸਾਊ ਗਿਆ ਮੁੰਡਾ ਵਧੀਆ ਘੈਂਟ ਆ, ਪਰ ਜਸਟਿਸ ਲਈ ਉਹਦੇ ਲਈ ਕੋਈ ਇਮੇਜ ਨਹੀਂ ਮੈਟਰ ਕਰਦਾ, ਉਹਦੇ ਲਈ ਤਾਂ ਖੜਨਾ ਬਣਦਾ ਹੀ ਆ। ਦੇਖਿਆ ਨਹੀਂ ਇਹ ਬੰਦਾ ਮੈਂ ਯਾਰ, ਸੀਰੀਅਸਲੀ ਗਾਣਾ ਦਾ ਕ੍ਰੈਡਿਟ ਗੋਸ ਟੂ ਸਿੱਧੂ ਮੂਸੇਵਾਲਾ ਬਾਈ ਕਰਕੇ ਗਾਣਾ, ਸਿਰਫ ਸਿੱਧੂ ਬਾਈ ਕਰਕੇ ਗਾਣਾ ਯਾਰ, ਕੱਲਾ ਸਿੱਧੂ ਬਾਈ ਜਿਹੜਾ ਪਹਿਲੇ ਨਾ ਕਰਦੀ ਉਹੀ ਕਰਦੇ ਬੈਠ, ਉਹੀ ਕਰਦੇ ਆ ਬਾਈ ਕੱਟ। ਬੈਕ ਟੂ ਟ੍ਰੈਕ, ਲੈਟਸ ਗੋ। ਹੱਥ ਕਿਸੇ ਨੇ ਛਡਾਉਣੇ ਉਹ ਸਭ ਸਾਵੇਂ ਹੱਥ, ਜਦੋਂ ਅੰਬਰਾਂ ਨੂੰ ਪਾਉਣੇ ਫਿਰ ਖੜ ਕੇ ਜ਼ਰੂਰ ਤੱਕਿਓ। ਗੱਲਾਂ ਸਭ ਸੱਚ ਵੀਰੇ, ਜੋ ਜੋ ਤੂੰ ਕੀਤੀਆਂ, ਤੂੰ ਤਾਂ ਬਸ ਕੀਤੀਆਂ ਨੇ ਮੇਰੇ ਨਾਲ ਬੀਤੀਆਂ, ਜਿਹਦੇ ਨਾਲ ਪੈਂਦੇ ਸਾਲੇ ਉਹਨੂੰ ਡੰਗ ਮਾਰਦੇ ਆ, ਬੁੱਕਲਾਂ ਚ ਖੇਡਦੇ ਆ ਸੱਪਾਂ ਦੀਆਂ ਨੀਤੀ। ਉਹ ਗੱਲਾਂ ਸਭ ਸੱਚ ਵੀਰੇ, ਜੋ ਜੋ ਤੂੰ ਕੀਤੀਆਂ, ਤੂੰ ਤਾਂ ਬਸ ਕੀਤੀਆਂ ਨੇ ਮੇਰੇ ਨਾਲ ਬੀਤੀਆਂ, ਕਹਿੰਦਾ ਜਿਹਦੇ ਨਾਲ ਬਹਿੰਦੇ ਸਾਲੇ ਉਹਨੂੰ ਡੰਗ ਮਾਰਦੇ ਆ, ਬੁੱਕਲਾਂ ਚ ਖੇਡਦੇ ਆ ਸੱਪਾਂ ਦੀਆਂ ਨੀਤੀਆਂ। ਫੈਕਟ ਨੇ ਯਾਰ, ਮਤਲਬ ਬੰਦੇ ਦੇ ਕਹਿੰਦਾ ਬਾਈ ਤੂੰ ਗੱਲ ਕਰ ਰਿਹਾ ਠੀਕ ਆ, ਸੱਚੀਆਂ ਗੱਲਾਂ ਕੀਤੀਆਂ ਜੋ ਵੀ ਕੀਤੀਆਂ, ਮਤਲਬ ਫੀਲ ਕਰ ਰਿਹਾ ਵੀ ਹਾਂ ਵੀ ਇੱਦਾਂ ਗੱਲਾਂ ਕਰਦੇ ਆ ਜਾਂ ਲੋਕੀ ਇੱਦਾਂ ਟਿੱਚਰਬਾਜ਼ੀ ਕਰਦੇ, ਬਟ ਮੇਰੇ ਨਾਲ ਹੋਈਆਂ ਨੇ ਹੱਡ ਬੀਤੀਆਂ ਗੱਲਾਂ ਨੇ, ਠੀਕ ਆ ਵੀ ਮੇਰੇ ਸਟੇਟਸ ਨੂੰ ਲੈ ਕੇ ਮੇਰੇ 'ਤੇ ਗੱਲਾਂ ਹੋਈਆਂ, ਠੀਕ ਆ ਮੇਰੇ ਬੋਡੀ 'ਤੇ ਹੋਈਆਂ ਗੱਲਾਂ, ਠੀਕ ਆ ਬੋਡੀ ਸ਼ੇਮਿੰਗ ਸਹੀ ਆ, ਅਤੇ ਜਿਹੜਾ ਤੇ ਮੈਂ ਖੜੇ ਕੀਤਾ ਬੰਦਿਆਂ ਦੇ ਕਰੀਅਰ ਬਣਾਏ ਸੀਗਾ, ਭਰਾ ਯਾਰੀ ਦੋਸਤੀ ਕਿਆ ਬੁੱਕਲਾਂ 'ਚ ਹੀ ਬੈਠੇ ਸੀ ਮੇਰੇ, ਸੱਪ ਬਣ ਕੇ ਡੱਸੀ ਗਏ ਮੈਨੂੰ ਸਹੀ ਉਹਨਾਂ ਦੀ ਗੱਲ, ਅਤੇ ਜਿਹੜੇ ਬੱਚੇ ਖੁਸ਼ੇ ਸੀ ਉਹ ਵੀ ਸੱਪ ਹੀ ਸੀ। ਬੁੱਕਲ ਦਾ ਮਤਲਬ ਲਾ ਲਓ ਕਿ ਜਿੱਦਾਂ ਆਪਾਂ ਕਿਸੇ ਚੀਜ਼ ਦੀ ਲੋਈ ਦੀ ਬੁੱਕਲ ਮਾਰਦੇ ਨਾ, ਜਿੱਦਾਂ ਕਰੀਬ ਰੱਖ ਆਪਾਂ ਹੱਗ ਕਰ ਲਈ, ਹੱਗ ਉਹਨੂੰ ਬੁੱਕਲ ਕਹਿ ਦਿੰਦੇ ਆ ਕਿ ਆਪਾਂ ਬੁੱਕਲ ਕਰ ਲਈ ਨਾ ਉਦਾਂ। ਘੈਂਟ ਗੱਲਬਾਤ, ਇੱਕ ਸੀਗਾ ਟਾਈਮ ਲੋਕ ਤਾਨੇ ਸੀਗੇ ਕੱਸਦੇ, ਮਿਡਲ ਕਲਾਸ ਮੈਨੂੰ ਸੀਗੇ ਦੱਸਦੇ, ਪੈਸੇ ਨਾਲ ਜੱਜ ਕਰਦੇ ਸੀਗੇ ਸ਼ਕਲ ਹੋਣੀ ਸੋਹਣਾ ਬਾਈ ਆਕੇ ਸੀ ਹੱਸਦੇ। ਸੀਰੀਅਸਲੀ ਮੈਂ ਸ਼ਕਲ ਹੋਣੀ ਸੋਹਣਾ ਬਾਈ ਆਕੇ ਸੀ ਹੱਸਦੇ, ਬੜੀਆਂ ਗੱਲਾਂ ਉਡਾਈਆਂ ਬੰਦੇ ਬਾਰੇ, ਬਟ ਇਸ ਬੰਦੇ ਦੀ ਜੋ ਪਰਸਨੈਲਿਟੀ ਹੈ ਨਾ ਇੰਡਸਟਰੀ ਦੇ ਵਿੱਚ, ਕਿਸੇ ਬੰਦੇ ਦੀ ਪਰਸਨੈਲਿਟੀ ਹੈ ਹੀ ਨਹੀਂ ਬਾਈ, ਸਾਨੂੰ ਹੈ ਹੀ ਨਹੀਂ ਬਾਈ ਏਦਾਂ ਦੀ ਪਰਸਨੈਲਿਟੀ। ਇਸ ਬੰਦੇ ਦੀ ਜੋ ਪਰਸਨੈਲਿਟੀ ਹੈ ਸਿੱਧੂ ਬਾਈ ਦੀ, ਜੇ ਲੋਕ ਕਈ ਸੋਚਦੇ ਨੇ ਉਹ ਜਿਹੜੇ ਉਹ ਵੇਟਰ ਸਿੱਧੂ ਬਾਈ ਦੇ ਆਪਾਂ ਕੰਪੈਰੀਜ਼ਨ ਕਰ ਸਕਦੇ ਨਾ, ਜਿਵੇਂ ਕੁੜਤਾ ਪਜਾਮਾ ਪਾਇਆ ਕੁੜਤਾ ਚਾਦਰਾ ਗੱਗੂ ਗਿੱਲ ਜੀ, ਸੀਰੀਅਸਲੀ ਮੈਂ ਸਿੱਧੂ ਬਾਈ ਦਾ ਨਾਮ ਘਰੇ ਸੀ ਗੱਗੂ, ਤੇ ਉਹ ਗੱਗੂ ਗਿੱਲ ਜੀ ਨੇ ਵੀ ਕਹੀ ਸੀ ਇੰਟਰਵਿਊ ਦੇ ਵਿੱਚ ਗੱਲ ਕਿ ਫਾਦਰ ਤੇ ਸਿੱਧੂ ਬਾਈ ਦੇ ਮਦਰ ਦੱਸਦੇ ਸੀਗੇ ਕਿ ਬਾਈ ਤੁਹਾਡੇ ਨਾਮ ਤੋਂ ਨਾਂ ਰੱਖਿਆ ਸੀਗਾ ਸਿੱਧੂ ਬਾਈ ਦਾ ਗੱਗੂ।
ਸ਼ਰਮ ਉਹਨਾਂ ਨੂੰ ਹੋਣੀ ਚਾਹੀਦੀ ਜਿਹੜੇ ਬੰਦੇ ਬਾਈ ਦੀ ਸ਼ਕਲ ਤੇ ਕਮੈਂਟ ਕਰਦੇ ਤੇ ਇਸ ਬੰਦੇ ਦੀ ਜੋ ਪਰਸਨੈਲਿਟੀ ਹੈ ਨਾ ਕੋਟ ਪੈਂਟ ਦੇ ਵਿੱਚ ਕੁੜਤੇ ਪਜਾਮੇ ਦੇ ਵਿੱਚ ਟਰੈਕ ਸੂਟ ਦੇ ਵਿੱਚ ਤੇ ਉਦਾਂ ਖੇਤਾਂ ਦੇ ਵਿੱਚ ਲੋਅਰ ਟੀ ਸ਼ਰਟ ਪਾ ਕੇ ਕੰਮ ਕਰਦਾ ਸ਼ੋਰਟਸ ਪਾ ਕੇ ਬੰਦੇ ਦੀ ਇਹਦੀ ਪਰਸਨੈਲਿਟੀ ਆ ਤੇ ਅੱਜ ਕੱਲ ਕਈ ਲੋਕ ਸ਼ੋਰਟਸ ਪਾ ਕੇ ਸ਼ੋਅ ਵੀ ਲਾਉਣ ਲੱਗ ਪਏ ਕਹਿੰਦੇ ਸੁਣਨ ਚ ਐਕਸ਼ਨ ਵੀ ਮਾਰਨ ਲੱਗ ਪਏ ਚਲੋ ਚਾਹੀਦੀ ਜੰਗ ਜ਼ਿੰਦਗੀ ਦੀ ਜੁੱਤ ਨਹੀਂ ਜਾਈ ਬੱਲਿਆ ਮਕਾਮੇ ਇੱਥੇ ਸ਼ਕਲਾਂ ਨਹੀਂ ਲੈਂਦੀਆਂ ਉਹੀ ਹੋਈ ਗੱਲ ਰੀਤ ਦੁਨੀਆ ਦੀ ਚੇਂਜ ਹੋਈ ਪੱਲੇ ਸੀਗਾ ਸਾਈਕਲ ਤੇ ਸਾਈਕਲ ਤੋਂ ਰੇਂਜ ਹੋਈ ਮਾਰਦੀ ਆ ਗੱਲਾਂ ਸਾਲੀ ਦੁਨੀਆ ਤਾਂ ਵੇਲੀ ਕਹਿੰਦਾ ਬਾਈ ਜ਼ਮੀਰ ਹੋਣਾ ਚਾਹੀਦਾ ਠੀਕ ਆ ਜਜ਼ਬਾ ਹੋਣਾ ਚਾਹੀਦਾ ਫੋਕਸ ਹੋਣਾ ਚਾਹੀਦਾ ਏਮ ਹੋਣਾ ਚਾਹੀਦਾ ਕਿ ਮੈਂ ਇਹ ਚੀਜ਼ ਹਾਸਲ ਕਰਨੀ ਆ ਤਾਂ ਕਰਕੇ ਰਹੂਗਾ ਬੰਦਾ ਠੀਕ ਆਪਣਾ ਹਿੰਮਤ ਨਹੀਂ ਹਾਰਨੀ ਚਾਹੀਦੀ ਯਾਰ ਨਹੀਂ ਮੇਰੇ ਤੋਂ ਨਹੀਂ ਹੋਣਾ ਡਿੱਗ ਡਿੱਗ ਕੇ ਹੀ ਖੜਨਾ ਸਿੱਖਦਾ ਬੰਦਾ ਸਹੀ ਆ ਕਹਿੰਦਾ ਕਿਸੇ ਟਾਈਮ ਸਾਈਕਲ ਸੀਗਾ ਮੰਨਦਾ ਇਸ ਚੀਜ਼ ਨੂੰ ਮੈਂ ਕਹਿੰਦਾ ਸਾਈਕਲ ਤੋਂ ਅੱਜ ਰੇਂਜ ਹੋਈ ਆ ਕਹਿੰਦਾ ਇਹ ਦੇਖ ਚੀਜ਼ ਜੁੱਤ ਚਾਹੀਦੀ ਜੰਗ ਜ਼ਿੰਦਗੀ ਦੀ ਜਿੱਤ ਨੂੰ ਬੱਲਿਆ ਮਕਾਮੇ ਤੇ ਸ਼ਕਲਾਂ ਨਹੀਂ ਰਹਿੰਦੀਆਂ ਸਹੀ ਆ ਜੁੜਤ ਚਾਹੀਦੀ ਆਪਣੇ ਚ ਜਜ਼ਬਾ ਹੋਣਾ ਚਾਹੀਦਾ ਕਿ ਯਾਰ ਆਪਾਂ ਇਹ ਚੀਜ਼ ਹਾਸਲ ਕਰਨੀ ਆ ਤੇ ਕਰਨੀ ਆ ਬਾਈ ਸਹੀ ਆ ਉੱਥੇ ਸ਼ਕਲ ਨਹੀਂ ਮੈਟਰ ਕਰਦੀ ਤੁਹਾਡੀ ਹਾਈਟ ਨਹੀਂ ਮੈਟਰ ਕਰਦੀ ਸਾਨੂੰ ਖੁਦ ਨੂੰ ਠੀਕ ਆ ਜਿਵੇਂ ਮੈਂ ਥੋੜਾ ਪਹਿਲਾਂ ਸਕਿਨੀ ਟਾਈਪ ਹੁੰਦਾ ਮੈਂ ਬਿਮਾਰ ਹੋ ਗਿਆ ਸੀ ਥੋੜਾ ਸਕਿਨੀ ਟਾਈਪ ਸੀਗਾ ਇਹਦਾ ਵੀ ਵੇਟ ਬਹੁਤ ਡਾਊਨ ਹੋ ਗਿਆ ਸੀ ਸਾਨੂੰ ਏਦਾਂ ਮਤਲਬ ਸਾਡੇ ਕਲੋਜ਼ ਜੀ ਬੰਦੇ ਠੀਕ ਆ ਸਾਨੂੰ ਏਦਾਂ ਏਦਾਂ ਦੇ ਕਮੈਂਟ ਕਰਨ ਲੱਗ ਗਏ ਜਾਂਦੇ ਕਿ ਜਿਹੜੇ ਬੰਦੇ ਅਸੀਂ ਸੁਣ ਕੇ ਡੇਲੀ ਰੂਟੀਨ ਦੇ ਵਿੱਚ ਇੱਕ ਤਰ੍ਹਾਂ ਡਿਪਰੈਸ ਹੋਣ ਲੱਗ ਪਏ ਸੀ ਸਹੀ ਗੱਲ ਸਹੀ ਦਵਾਈ ਚੱਲ ਪਈ ਬਿਨਾਂ ਕਿਸੇ ਵਜ੍ਹਾ ਤੋਂ ਅਸੀਂ ਡਿਪਰੈਸ ਹੋਣ ਲੱਗ ਗਏ ਸੀ ਉਸ ਚੀਜ਼ਾਂ ਨਾਲ ਮਤਲਬ ਕਿ ਜਦੋਂ ਬੰਦਾ ਤੁਸੀਂ ਸੋਚ ਸਕਦੇ ਹੋ ਕਿੱਦਾਂ ਕਿੱਦਾਂ ਦੇ ਕਮੈਂਟ ਮਿਲ ਜਾਂਦੇ ਸਾਡੇ ਕਲੋਜ਼ ਸਰਕਲ ਦੇ ਵਿੱਚ ਹੀ ਨਾਲੇ ਬਟ ਸੀਰੀਅਸਲੀ ਬਾਈ ਇਹਨਾਂ ਨੂੰ ਪਤਾ ਵੀ ਆ ਕਿ ਇਹ ਚੀਜ਼ ਇਹ ਨਹੀਂ ਕਰ ਸਕਦੇ ਹਾਂ ਉਹ ਬੰਦੇ ਉਹ ਸੋ ਜਿਹੜੇ ਬੰਦੇ ਇੱਦਾਂ ਦੀ ਗੱਲ ਕਰਦੇ ਸੀ ਅੱਜ ਉਹ ਕਿੱਥੇ ਨੇ ਉਹਨਾਂ ਦੀ ਸੋਚਾਂ ਕੀ ਨੇ ਜਾਂ ਉਹ ਕੀ ਹਾਸਲ ਕਰ ਬੈਠੇ ਆ ਠੀਕ ਆ ਪੱਟਾ ਝੋਟ ਯਾਰ ਤੁਹਾਡੇ ਖਾਤਰ ਉਹਨਾਂ ਤੇ ਸਿੱਧੂ ਭਾਈ ਖਾਤਰ ਜੋ ਵੀ ਕੰਮ ਕਰਦੇ ਆ ਨਾ ਹੁਣ ਆਹ ਚੀਜ਼ ਨੂੰ ਲੈ ਕੇ ਜਿਹੜਾ ਵੀ ਮਿਲਦਾ ਉਹ ਇਹੀ ਗੱਲ ਚੱਲਦੀ ਹੈ ਔਰ ਹਰ ਇੱਕ ਜਿੱਥੇ ਸੀਰੀਅਸਲੀ ਕਦੇ ਇੱਕ ਵਾਰ ਅਸੀਂ ਪਿੰਡ ਗਏ ਹੋਏ ਸੀ ਕਿਸੇ ਤੇ ਉੱਥੇ ਸਾਨੂੰ ਇੱਕ ਭਰਾ ਮਿਲਿਆ ਸੀ ਅੱਜ ਵੀਡੀਓ ਵੀ ਦੇਖਦਾ ਹੋਏ ਭਰਾ ਤੇ ਉਹ ਭਰਾ ਕਹਿੰਦਾ ਸਾਨੂੰ ਸਪੈਸ਼ਲ ਕਿ ਅੱਜ ਵੀਡੀਓ ਨਹੀਂ ਪਾਉਣੀ ਬਾਈ ਫਿਰ ਮੂਸੇ ਗਏ ਉਹ ਭਰਾ ਹੁਣੇ ਮੂਸੇ ਮਿਲੇ ਜਿਨ੍ਹਾਂ ਦੀ ਸਟੋਰੀ ਪਾਈ ਸੀ ਉਹ ਭਰਾ ਹੁਣੇ ਸਪੈਸ਼ਲ ਕੇ ਰਿਐਕਟ ਆ ਬੜੇ ਬਾਈ ਸੀਰੀਅਸਲੀ ਫਿਰ ਉਹਨਾਂ ਨੂੰ ਬੈਂਕ ਗਏ ਇੱਕ ਭਰਾ ਉੱਥੇ ਮਿਲਿਆ ਮਤਲਬ ਸਿੱਧੂ ਬਾਈ ਕਰਕੇ ਬਾਈ ਸੀਰੀਅਸਲੀ ਵਧੀਆ ਲੱਗਦਾ ਹੁਣ ਤਾਂ ਸਮਾਈਲ ਲੈ ਕੇ ਛੱਡ ਦੇਈਦੀ ਆ ਨਹੀਂ ਉਹ ਵੀ ਟਾਈਮ ਸੀ ਸੀਰੀਅਸਲੀ ਮੈਂ ਹੁਣ ਦੇਖ ਜੀਟੀ ਰੋਡ ਉੱਤੇ ਕਿੱਲੇ ਚ ਹਵੇਲੀ ਹੈ ਦੇਖ ਮੜਾ ਟਾਈਮ ਤੇਰਾ ਦਿਲ ਕਾਤੋਂ ਕੱਟਦਾ ਟਾਈਮ ਨਹੀਂ ਦੌੜਿਆ ਆ ਮੂਸਿਆਰੇ ਯਕਦਾ ਜਦੋਂ ਆਈ ਵਾਰੀ ਤੇਰੀ ਆਪੀ ਅੱਗੇ ਜਾਵੇਂਗਾ ਜਿਹਨੂੰ ਕਦੇ ਰੱਬ ਅੱਗੇ ਉਹ ਪਿੱਛੇ ਕਦੋਂ ਹਟਦਾ ਬਦਲਾਂਗੇ ਦੌੜਿਓ ਤੂੰ ਗੱਲ ਕਿਹੜੀ ਕਹੀ ਹੈ ਦੇਖਿਆ ਜੀ ਗੱਭਰੂ ਨੇ ਧੂੜ ਕੱਢੀ ਪਈ ਹੈ ਦੁਨੀਆਂ ਨੂੰ ਉਂਝ ਤਾਂ ਮੈਂ ਕੱਲਾ ਹੀ ਦੁਆਲਦੀ ਕਿਸਮਤ ਤੋਂ ਹੋ ਗਿਆ ਬੰਦ ਹੋਣ ਸਿੱਧੂ ਬਾਈ ਦਾ ਵਰਜ਼ਨ ਕੱਲਾ ਲੀਕ ਕਰਤਾ ਸੀਗਾ ਬੜੇ ਲੋਕਾਂ ਨੇ ਸਟੋਰੀਆਂ ਪਾ ਦੀ ਯਾਰ ਉਦੋਂ ਗੱਲ ਹੋਰ ਹੁੰਦੀ ਸੀ ਉਦੋਂ ਤਾਂ ਖੁਦ ਕਹਿੰਦੇ ਪੰਜਾਹ ਲਿਖੇ ਪਏ ਕਹਿੰਦਾ ਜਿਵੇਂ ਕਹਿੰਦੇ ਨੀ ਕਹਿੰਦਾ 20 ਕਰੋ ਲੀਕ ਯਾਰ 80 ਹੋਰ ਲਿਖੇ ਪਏ ਨੇ ਕਰ ਲਓ ਲੀਕ ਕਹਿੰਦਾ ਜਿਹਨੇ ਕਰਨੇ ਇਹ ਬੰਦਾ ਰੋਂਦਾ ਨੀ ਸੀ ਪਿੱਟਦਾ ਨੀ ਸੀ ਉਹ ਗਾਣਾ ਲੀਕ ਹੋ ਗਿਆ ਕੋਈ ਚੱਕਰ ਨੀ ਕਹਿੰਦਾ ਜਿੰਨਾ ਲੀਕ ਕਰੋਗੇ ਜਿੰਨਾ ਵੀਕ ਕਰੋ ਮੂਸੇ ਵਾਲਾ ਉਹਤੇ ਓਨਾ ਹੀ ਚੱਲੂ ਚੱਲਿਆ ਵੀ ਬਾਈ ਪਹਿਲਾਂ ਲੀਕ ਕਰਨ ਦੇ ਵੀ ਨੁਕਸਾਨ ਇਹ ਹੋਏ ਅੱਜ ਨਹੀਂ ਤਾਂ ਫੈਮਿਲੀ ਕੋਲ ਵੀ ਗਾਣੇ ਬਹੁਤ ਆਉਣੇ ਸੀ ਤੇ ਬਾਈ ਨੇ ਫਿਰ ਉਹ ਚੀਜ਼ ਅਪਣਾ ਲਈ ਕਿ ਨਹੀਂ ਜਦੋਂ ਗਾਣਾ ਕਰਨਾ ਮੌਕੇ ਤੇ ਲਿਖਣਾ ਮੌਕੇ ਤੇ ਬਣਾਉਣਾ ਤੇ ਮੌਕੇ ਤੇ ਜਿਹੜਾ ਹੁਣ ਜਿਵੇਂ ਲੀਕ ਹੋਣ ਲੱਗ ਗਏ ਸੀ ਉਸ ਚੀਜ਼ ਦਾ ਇਹ ਹੋਇਆ ਨਹੀਂ ਤਾਂ ਬਾਈ ਅੱਗੇ ਬਹਿ ਜਾਂਦੇ ਸੀ ਕਹਿੰਦੇ ਜਾ ਕੇ ਸਟੂਡੀਓ ਚਾਰ ਚਾਰ ਅੱਠ ਅੱਠ ਗਾਣੇ ਇਕੱਠੀ ਰੈਕਰਡ ਕਰਾ ਦਿੰਦਾ ਹੁੰਦਾ ਸੀਗਾ ਤੇ ਪਏ ਰਹਿੰਦੇ ਕੋਈ ਨੀ ਆਰਾਮ ਨਾਲ ਛੱਡੀ ਜਾਵਾਂਗੇ ਸਹੀ ਗੱਲ ਆ ਹੁਣ ਚੀਜ਼ ਹੋਰ ਹੋ ਗਈ ਸੀਗੀ ਹੁਣ ਵੀ ਕਿਹੜਾ ਲੋਕੀ ਹਟਦੇ ਪਏ ਜਦੋਂ ਲਿਮਿਟਡ ਕੰਟੈਂਟ ਰਹਿ ਗਿਆ ਹਨਾ ਫਿਰ ਵੀ ਨਹੀਂ ਲੋਕੀ ਸਮਝਦੇ ਹੁਣ ਇਹ ਤਾਂ ਹੈ ਨਹੀਂ ਹੈ ਇੰਡੋਨੇਸ਼ੀਆ ਵਾਲੇ ਲੀਕ ਕਰ ਰਹੇ ਨੇ ਆਇਆ ਤਾਂ ਪੰਜਾਬੀ ਉਹਨਾਂ ਨੂੰ ਦੁੱਖ ਸਮਝਣਾ ਚਾਹੀਦਾ ਸਿੱਧੂ ਬਾਈ ਦੀ ਲੁੱਕ ਚੈੱਕ ਕਰੋ ਰੇਂਜ ਚੈੱਕ ਕਰੋ ਹਵੇਲੀ ਜਿੱਦਾਂ ਇੱਦਾਂ ਤਿਆਰ ਹੋ ਰਹੀ ਸੀ ਇੱਦਾਂ ਹਵੇਲੀ ਹੁੰਦਾ ਸੀ ਬਾਈ ਇਕੱਲੀ ਇਕੱਲੀ ਇੱਟ ਸਿੱਧੂ ਬਾਈ ਨੂੰ ਜਿਵੇਂ ਕਹਿੰਦਾ ਜਾਣਦੀ ਉਹ ਵਾਲਾ ਹਿਸਾਬ ਆ ਸੀਰੀਅਸਲੀ ਮੈਨ ਕਰਦਾ ਕਰਦਾ
ਕਰਦਾ ਵੀ ਇਦਾਂ ਹੀ ਸੀ ਯਾਰ, ਕਰਦਾ ਵੀ ਇਦਾਂ ਹੀ ਸੀ ਝੋਟਾ ਵੀ ਸੀਰੀਅਸਲੀ। ਜੇ ਕਿਸੇ ਦਾ ਹੱਥ ਫੜ ਲਿਆ ਨਾ, ਇਹ ਨਹੀਂ ਦੇਖਦਾ ਸੀ ਵੀ ਤੇਰੇ ਕਿੰਨੇ ਫਾਲੋਅਰ ਆ, ਤੇਰੇ ਕਿੰਨੇ ਆ। ਵੈਸਟਨ ਪੇਂਡੂ ਵਾਲਾ ਬਾਈ ਹੋ ਗਿਆ, ਮੰਡ ਹੋ ਗਿਆ, ਜਿਹੜਾ ਸ਼ੇਰ ਬੋਲਦੇ ਨੇ ਆਹ ਮੁੰਡੇ ਦਾ ਸ਼ੂਟਰ। ਕੱਲੋਂ ਜਦੋਂ ਜਦੋਂ ਗੱਲ ਜੀ ਉੱਠੀ ਕੇ ਗਾਣਾ ਆ ਰਿਹਾ, ਉਦੋਂ ਮੈਂ ਦੇਖੇ ਸੀ ਇਹਦੇ ਫੋਲੋਵਰ, ਮਤਲਬ ਗਿਣਤੀਆਂ 'ਚ ਸੀ, ਮਤਲਬ ਕਿਆਂ 'ਚ ਨਹੀਂ ਸੀ, ਹਜ਼ਾਰਾਂ 'ਚ ਸੀ। ਤੇ ਬਾਈ ਜਦ ਗਾਣਾ ਆਇਆ, ਫਰਕ ਅੱਖੀ ਦੇਖ ਰਿਹਾ, ਇੱਕ ਬੰਦਾ ਨਹੀਂ ਕਹਿੰਦਾ ਮੈਂ ਗੱਲ ਉਹੀ ਆ। ਇਹ ਬੰਦੇ ਸਿੱਧੂ ਨੂੰ ਬਾਈ ਨੂੰ ਇਹ ਮੈਟਰ ਨਹੀਂ ਕਰਦਾ ਹੁੰਦੇ ਵੀ ਕਿਹਦੇ ਕਿੰਨੇ ਫਾਲੋਅਰ ਆ ਕਿੰਨੇ ਨਹੀਂ ਆ। ਇਹ ਹੁੰਦਾ ਸੀ ਕਿ ਬੰਦੇ 'ਚ ਟੈਲੈਂਟ ਹੈ, ਚੱਲ ਬਈ ਆ ਖੜ ਗਾ ਕਰ ਖਿੱਚ ਕੰਮ, ਜਿਹੜੇ ਮੈਨੂੰ ਵੀ ਪਿਆਰ ਕਰਦੇ ਤੈਨੂੰ ਵੀ ਪਿਆਰ ਦੇਣਗੇ, ਪੂਰਾ ਕੰਮ ਵਧੀਆ ਦੇ ਬਸ। ਸੋ ਪਿਆਰ ਮਿਲਿਆ ਬਾਈ ਲੋਕਾਂ ਤੋਂ। ਸੋ ਆਪਣਾ ਯਾਰ ਗਾਣਾ ਸ਼ੁਰੂ ਕੀਤਾ, ਅੱਧ ਦੇ ਵਿੱਚ ਹੀ ਯਾਦ ਆਈ ਇਹ ਚੀਜ਼, ਮੈਂ ਦਿਮਾਗ 'ਚ ਇੱਕੋ ਦਮ ਆ ਗਈ ਕਿਉਂਕਿ ਵੀ ਬਾਈ ਦੇਖਿਆ ਨਹੀਂ ਸੀ ਆਪਾਂ ਵੀ। ਸੋ ਨਿਕਲਿਆ ਸੀਗਾ ਤਾਂ ਯਾਦ ਆਇਆ, ਤਾਂ ਆਪਾਂ ਪਹਿਰਾ ਬਾਈ ਦਾ ਹੀ ਕੀਤਾ ਵੀ ਤੁਸੀਂ ਤੁਹਾਡੀ ਫੀਲਿੰਗ ਨਾ ਹਟ ਹੋਣ ਮੈਂ ਨਾ, ਵੀ ਸਾਨੂੰ ਇਸ ਚੀਜ਼ ਦਾ ਜਿਆਦਾ ਪਤਾ ਨੀ ਗਾ ਕਿ ਤੁਸੀਂ ਵੱਧ ਧਿਆਨ ਰੱਖ ਦੇਣਾ ਇਸ ਚੀਜ਼ ਤੇ। ਹਵੇਲੀ ਦੇ ਵਿਚ ਹੀ ਸ਼ੂਟ ਹੋਇਆ ਹੋਇਆ, ਟਿੱਬਿਆਂ ਦਾ ਪੁੱਤ ਗਾਣਾ ਉਹ ਵੀ ਬਾਈ ਦੇ ਪਿੰਡ 'ਚ ਹੀ ਸ਼ੂਟ ਹੋਏ, ਮਤਲਬ ਹਵੇਲੀ 'ਚ ਹੀ ਹੈ ਨਾ, ਘੈਂਟ ਗੱਲਬਾਤ। ਲੋਕੇਸ਼ਨ ਆ ਨਹੀਂ ਲੱਭਦਾ ਹੁੰਦਾ ਪੱਟੂ ਕਿ ਆਹ ਲੋਕੇਸ਼ਨ ਚਾਹੀਦੀ ਉਹ ਚਾਹੀਦੀ, ਪਿੰਡ ਆਪਣੇ ਹਵੇਲੀ ਦੇ ਵਿੱਚ ਹੀ ਗਾਣੇ ਸ਼ੂਟ ਕਰਕੇ ਛੱਡੀ ਜਾਂਦਾ ਸੀ। ਆਹੀ ਤਾਂ ਗੱਲ ਆ, ਉਹ ਬੰਦਾ ਕਹਿੰਦਾ ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ ਕਿਉਂ ਮੈਂ ਬਾਹਰ ਜਾ ਕੇ ਬਣਾਵਾਂ ਵੀਡੀਓ, ਕੋਈ ਜਗ੍ਹਾ ਕੰਮ ਬੋਲਦਾ। ਉਹ ਗਾਣਾ ਸੋਹਣੇ ਲੱਗਦੇ, ਉਹ ਪਾਰਕ ਦੇ ਵਿੱਚ ਹੀ ਸ਼ੂਟ ਕੀਤਾ ਹੋਇਆ, ਮਾੜਾ ਜਿਹਾ ਇੱਕ ਸੀਨ ਆ ਰੋਡ ਦੇ ਉੱਤੇ, ਉਹ ਰੋਡ ਤੇ ਲਿਆ ਹੋਇਆ, ਸਾਰਾ ਗਾਣਾ ਉੱਥੇ ਕੀਤਾ ਹੋਇਆ ਸ਼ੂਟ। ਘੈਂਟ ਗੱਲ, ਇੱਥੋਂ ਪਤਾ ਲੱਗਦਾ ਮੈਟਰ ਨਹੀਂ ਕਰਦਾ ਤੁਸੀਂ ਕਿਹੜੇ ਫੋਨ ਤੋਂ ਵੀਡੀਓ ਬਣਾ ਰਹੇ ਹੋ, ਮੈਟਰ ਨਹੀਂ ਕਰਦਾ ਤੁਸੀਂ ਕਿੱਥੇ ਬਹਿ ਕੇ ਵੀਡੀਓ ਬਣਾ, ਮੈਟਰ ਨਹੀਂ ਕਰਦਾ ਤੇ ਕੀ ਬਣਾ ਰਹੇ, ਤੁਹਾਡਾ ਕੰਮ ਵਧੀਆ। ਦੇਖ ਮਾੜਾ ਟਾਈਮ ਤੇਰਾ ਦਿਲ ਕਾਹਦੋਂ ਘਟਦਾ, ਟਾਈਮ ਨਹੀਂ ਉਹ ਦੌਰ ਆਇਆ ਮੂਸੇ ਵਾਲੇ ਜੱਟ ਦਾ, ਤੇ ਦੌਰ ਚੱਲੂ ਸਦਾ ਇਹਦੀ ਦੁਨੀਆ ਦਾ ਦੌਰ ਆ ਬਾਈ ਜੀ ਦੌਰ। ਕਹਿੰਦਾ ਉਹ ਆ ਵੀ ਨਵਾਂ ਪੁਰਾਣਾ ਸਮਾਂ ਹੁੰਦਾ, ਕਹਿੰਦਾ ਮੂਸੇ ਵਾਲਾ ਦਾ ਦੌਰ ਆ, ਕਹਿੰਦਾ ਇਹ ਤਾਂ ਬਹੁਤ ਤਾਂ ਹੀ ਚੱਲੂ। ਉਹ ਅੱਗੇ ਪਤਾ ਕੀ ਹੁੰਦਾ ਯਾਰ, ਅੱਗੇ ਸਿਮਲਰ ਚੱਲ ਦਿੰਦੇ ਸਾਰੇ, ਇੱਕ ਅੱਜ ਹਿੱਟ ਜਾ ਰਿਹਾ ਸਿੱਧੂ ਵੋਕਲ ਬਾਈ ਦੀ ਬੜ ਕਾਲੀ ਨਜ਼ਾਰਾ ਬੰਨਿਆ ਹੁੰਦਾ ਯਾਰ, ਜਿਮ ਵਾਲੇ ਵੀਡੀਓਜ਼ ਹੁੰਦੇ ਆ, ਘੰਟੀ ਵਾਲਾ ਬਟਨ ਨਾ ਵੀ ਦੱਬਿਓ, ਕੋਈ ਚੱਕਰ ਨੀ। ਅਡੀਓਸ ਅਮੀਗੋ।